ਘਰ ਨਾ ਜਾਏ ਕਹੀਂ ਦਿਲ ਸੇ ਉਤਰ ਨਾ ਜਾਏ ਕਹੀਂ। ਸੰਗੀਤ ਦੀ ਦੁਨੀਆ ਵਿੱਚ ਜਾਣ ਲੱਗੇ ਅੱਜ ਸੀਨ ਹੈ ਅਤੇ ਪੁਰਾਣਾ ਜਿਹੜਾ ਦੌਰ ਹੈ ਸਾਡਾ ਗਾਇਕੀ ਦਾ ਉਹ ਇਹ ਫਿਲਮ ਵਿੱਚ ਵੀ ਸ਼ੂਟ ਕਰ ਰਹੇ ਹੈ, ਅੱਛਾ ਲੱਗ ਰਿਹਾ, ਤੁਸੀਂ ਦੇਖ ਹੀ ਲਿਆ ਸੈੱਟ ਲੱਗਿਆ ਹੈ ਨਾ ਸਾਰਾ। ਸੋ ਅੱਜ ਸੰਗੀਤ ਦੀ ਦੁਨੀਆ 'ਚ ਜਾਵਾਂਗੇ ਅਤੇ ਫਿਰ ਤੁਹਾਨੂੰ ਫਿਲਮ ਦੇ ਵਿੱਚ ਦਿਖਾਵਾਂਗੇ, ਫੀਚਰ ਫਿਲਮ ਹੈ। ਆਵੇ ਆਵੇ ਮੈਂ ਖਾ ਮੱਖਣ ਦੀਆਂ ਪਿੰਨੀਆਂ ਇਹ ਹੋ ਗਈ ਜਵਾਨ ਬਥੇਰੀ ਮੁੱਕਰ ਗਿਆ। ਹੁਣ ਪਹਿਲਾਂ ਆਪਦੀ ਗੱਲ ਕਰੀ ਜਾਂਦਾ ਸੀ, ਫਿਲਮ ਦਾ ਟਾਈਟਲ ਰੱਖਿਆ ਵੇਖੋ ਹੀ ਲੈ ਚੱਲਿਆ ਮੁਕਲਾਵੇ। ਅੱਛਾ ਇਹ ਆਪਣੀ ਫਿਲਮ ਦਾ ਨਾਂ ਕੀ ਹੈ? ਵੇਖੋ ਹੀ ਲੈ ਚੱਲਿਆ ਮੁਕਲਾਵੇ। ਤੇ ਜਿਹੜੀ ਸਭ ਤੋਂ ਵੱਡੀ ਗੱਲ ਹੈ, ਐਤਕੀ ਕਮਾਲ ਦੀ ਗੱਲ ਹੈ ਵੀ ਸਾਜਨ ਭਾਜੀ ਬੇਸਿਕਲੀ ਤਾਂ ਹੈਗੇ ਨੇ ਮਿਊਜ਼ਿਕ ਲਵਰ, ਮਿਊਜ਼ਿਕ ਟੀਚਰ, ਮਿਊਜ਼ਿਕ ਸਟੂਡੈਂਟ, ਮਤਲਬ ਇਹ ਤਾਂ ਮਿਊਜ਼ਿਕਲੀ ਮੈਨ ਨੇ। ਇਹ ਇਹਨਾਂ ਦਾ ਜਿਹੜਾ ਇਸ਼ਕ ਵੀ ਮਿਊਜ਼ਿਕ ਨਾਲ ਹੈ। ਪਰ ਭਾਜੀ ਦੀ ਕਾਮੇਡੀ, ਹੋਰ ਤਰ੍ਹਾਂ ਦੇ ਕਰੈਕਟਰ ਪੰਜਾਬ 'ਚ ਬਹੁਤ ਜ਼ਿਆਦਾ ਸੁਪਰਹਿੱਟ ਨੇ। ਅਤੇ ਮੇਰੀ ਇੱਕ ਕੋਸ਼ਿਸ਼ ਸੀ, ਮੈਂ ਜਿਸ ਤਰ੍ਹਾਂ ਗੁਰਚੇਤ ਚਿੱਤਰਕਾਰ ਬੇਸਿਕਲੀ ਇੱਕ ਚਿੱਤਰਕਾਰ ਹੈ, ਉਹਨੂੰ ਮੈਂ ਆਪਣੀ ਫਿਲਮ ਦੇ ਵਿੱਚ ਵੀ ਚਿੱਤਰਕਾਰ ਹੀ ਦਿਖਾਇਆ। ਪਰ ਉਹ ਗੱਲ ਅਲੱਗ ਹੈ ਵੀ ਕਲਹਿਣਾ ਚਿੱਤਰਕਾਰ ਦਿਖਾਇਆ ਜਿਹਦੀ ਫੋਟੋ ਬਣਾਉਂਦਾ ਬੰਦਾ ਮਰ ਜਾਂਦਾ। ਅਤੇ ਤੂੰ ਹੁਣ ਸਾਰਾ ਕੁਛ ਨਾ ਦੱਸੀ ਦਾ, ਤੇਰੇ ਤੋਂ ਪਹਿਲਾਂ ਹੀ ਕਿਸੇ ਨੇ ਵੀਡੀਓ ਫਿਲਮ ਬਣਾ ਕੇ ਚੜਾ ਦੇਣੀ ਆ ਉਹਦੇ ਤੇ, ਹਾਂ ਮੁੜ ਕੇ ਰੋਈ ਜਾਏਗਾ ਬੇਟਾ। ਤੇ ਭਾਜੀ ਕਲਾਸੀਕਲ 뮤직 ਆ ਰਹੇ ਨੇ ਅੱਜ। ਹਾਂ ਪਹਿਲੇ ਪਹਿਲੀ ਗੱਲ ਹੈ, ਮੈਨੂੰ ਲੱਗਦਾ ਗੁਰਚੇਤ ਚਿੱਤਰਕਾਰ ਹੀ ਨਾ ਚੜਾ ਦੇ ਕਿਤੇ, ਕਿਉਂਕਿ ਫਿਲਮ ਉਹ ਵੀ ਬਹੁਤ ਬਣਾਉਂਦਾ। ਫਿਲਮਾਂ ਗੁਰਚੇਤ ਚਿੱਤਰਕਾਰ ਵੀ ਤਾਂ ਬਣਾਈ ਰੱਖਦਾ, ਤੇ ਤੂੰ ਮੁੜ ਕੇ ਹੁਣ ਇਹਨੇ ਗੁਰਚੇਤ ਚਿੱਤਰਕਾਰ ਨੇ ਕਹਿਣਾ ਭਾਜੀ ਮੈਂ ਭੁੱਲ ਹੀ ਗਿਆ, ਮੈਂ ਕਹੀ ਜਾਵਾਂ ਇਹ ਆਈਡੀਆ ਮੇਰਾ ਪਹਿਲਾਂ ਤਾਂ ਦਿਮਾਗ 'ਚ ਹੈ ਤੇ ਤੁਹਾਡਾ ਮੈਂ ਭੁੱਲ ਹੀ ਗਿਆ ਵੀ ਤੁਹਾਡੇ ਕਰਕੇ ਆਇਆ। ਕਿਉਂ ਗੁਰਚੇਤ ਠੀਕ ਹੈ? ਸੋ ਦੇਖਦੇ ਹਾਂ ਜੀ ਆਪਾਂ, ਬਹੁਤ ਅੱਛਾ ਮਾਹੌਲ ਹੈ, ਤੁਸੀਂ ਦੇਖ ਲਓ ਸਾਰਾ ਦਾ, ਉਹ ਦੇਖੋ ਸਾਰਾ ਸੰਗੀਤ ਦਾ ਜਿਹੜਾ ਬਣਿਆ ਪਿਆ। ਅਤੇ ਬਸ ਮੈਂ ਤਿਆਰ ਹੋ ਕੇ, ਅਤੇ ਹੁਣ ਇਹ ਵੀ ਕਹਿੰਦੇ ਹੁਣ ਇੱਦੋਂ ਤਿਆਰ ਹੋਰ ਕੀ ਹੋਏਗਾ ਹੈ ਨਾ, ਅਤੇ ਸੋ ਦਿਖਾਉਣੇ ਤੁਹਾਨੂੰ ਰੰਗ ਢੰਗ ਸਾਰੇ। ਥੈਂਕ ਯੂ ਸੋ ਮੱਚ।